ਤੁਸੀਂ ਦੇਖ ਰਹੇ ਹੋ ਲਿਬਰਟੀ ਟੀਵੀ ਮੁਦੱਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅਰਵਿੰਦ ਕੇਜਰੀਵਾਲ ਨੇ ਹੁਕਮ ਜਾਰੀ ਕੀਤਾ ਕਹਿੰਦੇ ਜੇਲ੍ਹ 'ਚੋਂ ਜੀ ਕਿ ਆ ਪਾਣੀ ਸਿਵਰੇਜ ਵਾਲਾ ਮਸਲਾ ਹੱਲ ਕਰੋ ਲੋਕਾਂ ਨੂੰ ਪਾਣੀ ਦੀ ਮੁਸੀਬਤ ਨਹੀਂ ਆਉਣੀ ਚਾਹੀਦੀ ਤੇ ਕਹਿੰਦੇ ਜੀ ਉਹਨਾਂ ਦੀ ਲੀਡਰ ਆਤਸ਼ੀ ਬੀਬੀ ਪ੍ਰੈਸ ਕਾਨਫਰੰਸ 'ਚ ਚਿੱਠੀ ਦਿਖਾ ਰਹੀ ਆ ਕਿ ਆ ਮੁੱਖ ਮੰਤਰੀ ਸਾਹਿਬ ਨੇ ਜੇਲ੍ਹ ਦੇ ਅੰਦਰ ਹੁਕਮ ਭੇਜਿਆ ਤੇ ਉਧਰ ਕਹਿੰਦੇ ਈਡੀ ਨੇ ਜਾਂਚ ਸ਼ੁਰੂ ਕਰਤੀ ਕਿ ਬਿਨਾਂ ਅਦਾਲਤੀ ਹੁਕਮਾਂ ਤੋਂ ਬਿਨਾਂ ਪ੍ਰਸ਼ਾਸਨਿਕ ਮਨਜ਼ੂਰੀ ਤੋਂ ਬਿਨਾ ਜੇਨ ਪ੍ਰਸ਼ਾਸਨ ਦੀ ਜਾਣਕਾਰੀ ਤੋਂ ਇਹ ਚਿੱਠੀ ਜਾਰੀ ਹੋ ਸਕਦੀ ਹੈ ਕਿ ਇਹ ਨਕਲੀ ਹੈ ਜਾਂ ਅਸਲੀ ਹੈ। ਦੂਸਰੇ ਪਾਸੇ ਇਸ ਪਹਿਲੂ ਦੇ ਨਾਲ ਨਾਲ ਕਹਿੰਦੇ ਈਡੀ ਨੇ ਕੇਜਰੀਵਾਲ ਨੂੰ ਇਹ ਵੀ ਪੁੱਛਿਆ ਕਿ ਜਨਾ ਪ੍ਰਾਣਾ ਫੋਨ ਕਿੱਥੇ ਆ? ਕਹਿੰਦੇ ਪਤਾ ਨਹੀਂ ਮੈਂ ਤਾਂ। ਮੈਨੂੰ ਪਤਾ ਨਹੀਂ ਕਿੱਥੇ ਗਿਆ ਹੋ ਗਿਆ ਉਹ। ਮੇਰੇ ਕੋਲ ਤਾਂ ਨਵਾਂ ਫੋਨ ਸੀ ਤੁਸੀਂ ਲੈ ਲਿਓ। ਕਿਉਂਕਿ ਮਸਲਾ ਹੈ ਪੁਰਾਣੇ ਫੋਨ ਦਾ। ਪੁਰਾਣੇ ਫੋਨ ਦਾ ਜਿੱਥੇ ਫਿਕਰ ਪਿਆ ਕੇਜਰੀਵਾਲ ਦੀਆਂ ਮੁਸੀਬਤਾਂ ਜਿੱਥੇ ਵੱਧ ਰਹੀਆਂ ਆ ਹੁਕਮ ਨੇ ਜਿੱਥੇ ਕਸਮਾਨ ਪਾਇਆ ਉੱਥੇ ਕਹਿੰਦੇ ਪੰਜਾਬ ਸਰਕਾਰ ਨੂੰ ਫਿਕਰ ਪੈ ਗਈ। ਪੰਜਾਬ ਚ ਆਮ ਆਦਮੀ ਪਾਰਟੀ ਨੂੰ ਫਿਕਰ ਪੈ ਗਿਆ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਘਰੇ ਬੈਠਕ ਬੁલાਉਣੀ ਪਈ 92 ਐਮਐਲਏ ਸਦਨੇ ਪਏ ਤੇ ਉਹਨਾਂ ਨੂੰ ਕਹਿਣਾ ਪਿਆ ਕਿ ਵੇਖ ਨਾ ਜਾਇਓ ਟੁੱਟ ਨਾ ਜਾਇਓ ਲਾਲਚ ਨਾ ਜਾਓ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਤਰਾ ਪੈਦਾ ਹੋ ਗਿਆ ਕੀ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਕੋਈ ਫਿਕਰ ਪੈਦਾ ਹੋ ਗਿਆ ਕੀ ਭਾਜਪਾ ਇਸ ਤਰ੍ਹਾਂ ਦਾ ਕੋਈ ਜਾਲ ਬੁਣ ਰਹੀ ਆ ਕਿ ਉਹ ਇਹਨਾਂ ਦੇ ਐਮਐਲਏ ਨੂੰ ਤੋੜ ਸਕਦੀ ਆ ਐਮਐਲਏ ਨੂੰ ਖਰੀਦ ਸਕਦੀ ਆ ਐਮਐਲਏ ਨੂੰ ਟੋੜਪੰਨ ਕਰਕੇ ਡਰਾ ਤਮਕਾਇਆ ਜਾ ਸਕਦਾ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਰਿਹੈਸ਼ ਤੇ ਪੰਜਾਬ ਦੇ ਐਮਐਲਏ ਦੀ ਬੈਠਕ ਕਰਦੀ ਤਿੰਨ ਕੂਨ ਛੱਡ ਕੇ ਲਗਭਗ ਸਾਰੇ ਐਮਐਲਏ ਗਏ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਭਗਵੰਤ ਮਾਨ ਹੋਰੀ ਪੰਜਾਬ ਚਾਵਾਦੀ ਪਾਰਟੀ ਦੇ ਪ੍ਰਧਾਨ ਵੀ ਨੇ ਤੇ ਸੰਜੇ ਸਿੰਘ ਅੰਦਰ ਮਨੀਸ਼ ਸ਼ੋਧਿਆ ਅੰਦਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਦਰ ਰਾਗਵ ਚੱਡਾ ਅਪਦੇਸ਼ ਨੂੰ ਪਤਾ ਨਹੀਂ ਇਲਾਜ ਕਰਾਉਣ ਗਏ ਨੇ ਕਿ ਆਪਣਾ ਬਚਾਅ ਕਰਨ ਗਏ ਨੇ ਪਰ ਕਹਿੰਦੇ ਇਹ ਸਾਰਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਕਤ ਵਧ ਗਈ ਜਿਹੜੇ ਭਗਵੰਤ ਮਾਨ ਲਈ ਕਿਹਾ ਜਾਂਦਾ ਸੀ ਕਿ ਉਹਨਾਂ ਨੂੰ ਦਿੱਲੀ ਵਾਲੇ ਚਲਾਉਂਦੇ ਨੇ ਦਿੱਲੀ ਵਾਲੇ ਹੁਕਮ ਭੇਜਦੇ ਨੇ ਕਹਿੰਦੇ ਹੁਣ ਉਹ ਹੀ ਦਿੱਲੀ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਦੇ ਨੇ ਕਿ ਕੀ ਕਰੀਏ ਮੈਸੇ ਦਿੱਲੀ ਚਾਤ ਸੀਤੇ ਉਹਨਾਂ ਦੀ ਟੀਮ ਖਾਸਾ ਮੋਰਚਾ ਸੰਭਾਲ ਰਹੀ ਆ ਪਰ ਕਹਿੰਦੇ ਓਵਰਆਲ ਸਭ ਦੀ ਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਤੇ ਆ ਕੇ ਲਾਇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਰਟੀ ਦਾ ਕੰਟਰੋਲ ਕਰਨ ਦਾ ਮੌਕਾ ਮਿਲ ਗਿਆ ਤੇ ਅਦਰ ਇਸ ਕੰਟਰੋਲ ਦੇ ਦੌਰਾਨ ਇਹ ਆ ਕਿ 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 ਤੇ ਝਾੜੂ ਨਾ ਖਿਲਰ ਜੇ ਆਪ ਨਾ ਖਿਲਰ ਜੇ ਤਨਕਾ ਤਨਕਾ ਨਾ ਹੋ ਜਵੇ ਕਿਉਂਕਿ ਭਾਜਪਾ ਜਿਸ ਤਰ੍ਹਾਂ ਦੀ ਰਾਜਨੀਤੀ ਕਰਦੀ ਆ ਠੀਕ ਸਾਖ ਚਲਦੇ ਆ ਅਚਾਨਕ ਜੋ ਕੁਝ ਹੁੰਦਾ ਹਿਮਾਚਲ ਚ ਸਰਕਾਰ ਦੇ ਹੁੰਦੇ ਆ ਸਾਰਾ ਕੁਝ ਹੁੰਦਾ ਆ ਰਾਸਵਾ ਹਰ ਗਏ ਅਗਲੇ ਕੱਢ ਕੇ ਲੈ ਗਏ ਸਾਰਾ ਕੁਝ ਕਹਿੰਦੇ ਜਮੀਨ ਖਿਸ ਗਈ ਕਾਂਗਰਸ ਦੀ ਤੇ ਅੱਜ ਵੀ ਸਰਕਾਰ ਪਤਾ ਨਹੀਂ ਕਦੋਂ ਡਿੱਗ ਜਵੇ ਕੁਝ ਹੋ ਜਵੇ ਆਜ਼ਾਦ ਐਮਐਲਏ ਉੱਤੇ ਰਲ ਗਏ ਜੀ ਆਹ ਹੋ ਗਿਆ ਜੀ ਲਓ ਜੀ ਅਸੀਂ ਫੇ ਹੋ ਗਏ ਜੀ ਚੋਣਾ ਹੋ ਜਾਣੀ ਹੈ ਜਾਂ ਬਹੁਤ ਕੁਝ ਬਾਕੀ ਐਮਐਲਏ ਉੱਤਰ ਉੱਤਰ ਗਏ ਸੁਏ ਸਾਰੀ ਸਥਿਤੀ ਦੇ ਵਿਚਾਰੇ ਮੱਖੰਦਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਘਰੇ ਐਮਐਲਏ ਸੱਦੇ 92 ਐਮਐਲਏ ਨੂੰ ਸੱਦਿਆ ਸੱਦਿਆ ਤਾਂ ਇਹ ਕਹਿ ਕੇ ਕਿ ਕਿ ਆਪਾਂ 31 ਤਰੀਕ ਦੀ ਮਹਾਂ ਰੈਲੀ ਬਾਰੇ ਤਿਆਰੀ ਕਰਦੀ ਹੈ 31 ਤਰੀਕ 31 ਮਾਰਚ ਨੂੰ ਕੇਜਰੀਬਾਲ ਦੀ ਗ੍ਰਿਫਤਾਰੀ ਦੇ ਰੋਸ ਵਿੱਚੋਂ ਇੰਡੀਆ ਘੱਟ ਜੋੜ ਦਿੱਲੀ ਦੇ ਰਾਮਨਾਥ ਮੈਦਾਨ 'ਚ ਇਕੱਠ ਕਰਨ ਜਾ ਰਿਹਾ ਜੀ ਜਿੱਚ ਇੰਡੀਆ ਘੱਟ ਜੋੜ ਨਾਲ ਸੰਬੰਧ ਸਾਰੇ ਦਲ ਆਉਣਗੇ ਸਮਾਜਵਾਦੀ ਪਾਰਟੀ ਵੀ ਲਾਲੂ ਹੋਰੀ ਵੀ ਹਾਂ ਜੀ ਕਾਂਗਰਸ ਵੀ ਅਹ ਸ਼ਰਦ ਪਵਾਰ ਹੁਰੀ ਵੀ ਐ ਸ਼ਿਪ ਸੈਨਾ ਦੂਈ ਵੀ ਜਿਹੜੀ ਬੰਡੀ ਟੁੱਕੀ ਜਿੰਨੀ ਬਚੀ ਆ ਉਹ ਵੀ ਤੇ ਮਮਤਾ ਬੇਨਰਜੀ ਜਿਹੜੀ ਕੇਜਰੀਵਾਲ ਰੋਹਾਂ ਦੀ ਪਾਰਟੀ ਨਾਲ ਚੰਗਾ ਸਬੰਧ ਆ ਕਹਿੰਦੇ ਉਹਨਾਂ ਦਾ ਉਹਤਰ ਵੀ ਤੇ ਇਸ ਲਈ ਕਹਿੰਦੇ ਜੀ ਸਾਰਿਆਂ ਦੀ ਨਜ਼ਰ ਪਰ ਪੰਜਾਬ ਤੇ ਆ ਕਿਉਂਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਦਿੱਲੀ ਚ ਦਿੱਲੀ ਚੋਂ ਵੱਡਾ ਕੱਠ ਨਿਕਲਣਾ ਚਾਹੀਦਾ ਜਾਂ ਪੰਜਾਬ ਚ ਜਾਣਾ ਚਾਹੀਦਾ ਸੋ ਕਹਿੰਦੇ ਮੁਖੰਦਰੀ ਸਾਹਿਬ ਨੇ ਮੀਟਿੰਗ ਬੁਲਾ ਕੇ ਕਿਹਾ ਕਿ ਆਪਾਂ 31 ਤਰੀਕ ਨੂੰ ਦਿੱਲੀ ਜਾਣਾ ਤੇ ਦਿਖਾ ਦੇਣਾ ਦਿੱਲੀ ਨੂੰ ਭਾਜਪਾ ਨੂੰ ਕਿ ਦੇਖੋ ਆਮਾਦੋ ਪਾਰਟੀ ਕਿੰਨੀ ਤਕੜੀ ਖੜੀ ਆ ਅਸੀਂ ਆਪਣੇ ਲੀਡਰ ਦੀ ਪਿੱਠ ਤੇ ਖੜੇ ਆ ਤੇ ਕਹਿੰਦੇ 92 ਐਮਐਲਯੂ ਹਜ਼ਾਰ ਹਜ਼ਾਰ ਬੰਦਾ ਵੀ ਲੈ ਜਾਓ ਤਾਂ ਲੱਖ ਬੰਦਾ ਬਣਦਾ ਕਹਿੰਦੇ ਜੀ ਗੱਲ ਇੱਥੋਂ ਸ਼ੁਰੂ ਹੋਈ ਪਰ ਸਾਰਿਆਂ ਨੂੰ ਪਤਾ ਕਿ ਜਦੋਂ ਕੇਜਰੀਵਲ ਗ੍ਰਿਫਤਾਰ ਹੋਏ ਅਸ਼ਰ ਜਦਵੀ ਹੋਏ ਸੀ ਕਿ ਵੱਡੀ ਗੰਟੀ 'ਚ ਇਕੱਠ ਲੈ ਕੇ ਦਿੱਲੀ ਚੱਲੋ ਜੀ ਲੱਖਾਂ ਦੀ ਗੱਲਾਂ ਤਾਂ ਜਦ ਵੀ ਹੋਈਆਂ ਸੀ ਪਰ ਈ ਕੀ ਗੱਡੀ ਜੀ 'ਚ 6-6 ਸੀਟਾਂ ਸੀ ਉਹ 'ਚ ਵੀ 4-4 ਬੰਦੇ ਉਤਰੇ ਸੀ ਉੱਤੇ ਰੋਸ਼ ਕਰਨ ਵਾਲੇ ਤੇ ਇੱਥੇ ਮਹਾਲੀ ਨਹੀਂ ਇਕੱਠ ਕਰ ਸਕੇ ਕਹਿੰਦੇ ਵੱਡਾ ਇਹ ਸਾਰੇ ਪਹਿਲੂ ਨੇ ਕਹਿੰਦੇ ਜੀ ਸਵਾਲ ਖੜੇ ਕਰਤੇ ਤੇ ਫਿਰ ਕਹਿੰਦੇ ਐਂ ਕਰੋ ਜੇ 100000 50000 ਤਾਂ ਲਈ ਜਾਇਓ ਤੇ ਆਖਰ ਚ ਮੀਟਿੰਗ ਨਿਬੜਦੇ ਨਿਬੜਦੇ ਹੋ ਕੇ 25000 ਤੋਂ ਬੰਦਾ ਘੱਟ ਲਈ ਜਾਣਾ ਚਾਹੀਦਾ ਲੱਖ ਤੋਂ ਸ਼ੁਰੂ ਹੋ ਕੇ ਕਹਿੰਦੇ 25000 ਤੇ ਆ ਕੇ ਗੱਲ ਨਿਬੜੀ ਕਿ ਜੋ ਮਰਜ਼ੀ ਹੋ ਜਵੇ 25000 ਬੰਦਾ ਤਾਂ ਲਈ ਜਾਇਆ ਉਹ ਦਿੱਲੀ ਨੂੰ ਚਲੋ ਪਰ ਦੂਸਰਾ ਪਹਿਲੂ ਜਿਹੜਾ ਅਹਿਮ ਸੀ ਉਹ ਇਹ ਸੀ ਕਹਿੰਦੇ ਇਕੱਲੇ ਇਕੱਲੇ ਐਮਐਲਏ ਨੂੰ ਨਿੱਜੀ ਤੌਰ ਤੇ ਵੀ ਤੇ ਸਾਂਝੇ ਤੌਰ ਤੇ ਵੀ ਭਗਵੰਤ ਮਾਨ ਨੇ ਕਿਹਾ ਕਿ ਦੇਖਿਓ ਧਿਆਨ ਰੱਖਿਓ ਹੁਣ ਤੁਹਾਨੂੰ ਲਾਲਚ ਦਿੱਤਾ ਜਾਊਗਾ ਤੁਹਾਨੂੰ ਡਰਾਇਆ ਵੀ ਜਾਊਗਾ ਤਾਨੂੰ ਧਮਕਾਇਆ ਵੀ ਜਾਊਗਾ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਵੀ ਹੋਊਗੀ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੂੰ ਵੀ ਫਿਕਰ ਹੈ ਕਿ ਜਿਨ੍ਹਾਂ ਨੂੰ ਅਸੀਂ ਟਿਕਟ ਦਿੱਤੀ ਐਮਪੀ ਦੀ ਉਹਨਾਂ ਚੋਂ ਵੀ ਕਿਤੇ ਕੁਝ ਪਾਲਾ ਨਾ ਬਦਲ ਜਿਨ੍ਹਾਂ ਨੇ ਆਉਣਾ ਸੀ ਉਹ ਤਾਂ ਰੁਕ ਗਏ ਹੁਣ ਇੱਕ ਦੋ ਐਮਪੀ ਕਾਂਗਰਸੀਆਂ ਦੀ ਆਉਣ ਦੀ ਚਰਚਾ ਸੀ ਪਰ ਕਹਿੰਦੇ ਕਿ ਜਿਹੜੇ ਮੌਜੂਦਾ ਟਿਕਟ ਲੈ ਗਏ ਉਹਨਾਂ ਚੋਂ ਵੀ ਕਿਦੋਂ ਚਲੇ ਨਾ ਜਾਣ ਕਿਤੇ ਭਾਜ-ਪੱਕ ਨਹੀਂ ਜਾਂ ਕਿਸੇ ਹੋਰ ਪਾਸੇ ਨੂੰ ਡਰ ਵੀ ਸਤਾ ਰਿਹਾ ਤੇ ਐਮਐਲਏਾਂ ਚੋਂ ਵੀ ਸਰਕਾਰ ਡਿਰਨ ਤੱਕ ਦਾ ਖਤਰਾ ਖੜਾ ਹੋ ਗਿਆ ਸਰਕਾਰ ਖਿਲਰਨ ਤੱਕ ਦਾ ਪਾਰਟੀ ਖਿਲਰਨ ਤੱਕ ਦਾ ਖਤਰਾ ਖੜਾ ਹੋ ਗਿਆ ਇਸ ਲਈ ਕਨੇ ਕਹਿੰਨ ਕਿ ਆ ਕਿ ਭਾਜਪਾ ਡਰਾ ਵੀ ਸਕਦੀ ਆ ਭਾਜਪਾ ਧਮਕਾ ਵੀ ਸਕਦੀ ਆ ਭਾਜਪਾ ਲਾਲਚ ਵੀ ਦੇ ਸਕਦੀ ਆ ਭਾਜਪਾ ਉਹਦੇ ਅਨਵੀਂਜਨਦਨ ਕਹਿੰਦੇ ਮਾਤਾ ਉਹਨਾਂ ਦੀ ਸਭ ਤੋਂ ਅਮੀਰ ਕਾਂਗਰਸ ਦੇ ਨੇ ਬਹੁਤ ਮੌਕੇ ਦਿੱਤੇ ਜਿੱਤ ਕੇ ਵੀ ਗਏ ਦਿੱਲੀ ਚ ਸੱਤਾ ਚ ਸੁੱਖ ਵੀ ਮਾਣੇ ਤੇ ਪਰ ਕਹਿੰਦੇ ਜਦੋਂ ਆ ਕੋਲਾ ਘਟਰਾ ਘਟਲਾ ਹੋਇਆ ਤੋਂ ਚ ਬਦਨਾਮੀ ਦੇ ਚ ਕੱਲ ਕੇ ਬੀਜਪੀ ਨੇ ਮਾਹੌਲ ਬਣਾਇਆ ਤੇ ਹਰਾਤੇ ਪਰ ਹੁਣ ਬੀਜਪੀ ਚਾਗੇ ਹੁਣ ਇਹਦਾ ਸਾਰਾ ਗਦੂ ਤੋਤਾ ਸੋ ਇਹੀ ਡਰ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੂੰ ਸਤਾ ਰਿਹਾ ਕਿ ਜਿਸ ਤਰ੍ਹਾਂ ਦਾ ਸ਼ਰਾਬ ਘਟਾਲਾ ਦਿੱਲੀ ਚ ਵਾਪਰਿਆ ਉਸ ਘਟਨਾ ਨੂੰ ਲੈ ਕੇ ਜਿੱਵੇਂ ED ਸਖਤ ਹੋਈ ਆ ਗ੍ਰਿਫਟਾਰੀ ਤੋਂ ਬਾਅਦ ਵੀ ਅਗਲੇ ਪ੍ਰਾਣਾ ਮੋਬਾਈਲ ਮੰਗੀ ਜਾਂਦੇ ਆ ਸਲਗੁਸ ਮੰਗੀ ਜਾਂਦੇ ਆ ਦਸਤਾਵੇਜ਼ਾਂ ਦਾ ਹਵਾਲਾ ਦਿੱਜ ਜਾਂਦੇ ਆ ਤੇ ਕਹਿੰਦੇ ਕਿ ਉਹ ਪਾਲਿਸੀ ਦਾ ਪੰਜਾਬ ਆਈ ਹੋਈ ਆ ਤੇ ਦਿੱਲੀ ਸ਼ਰਾਬ ਕਾਰੋਬਾਰੀ ਉਹਨਾਂ ਦੇ ਤਾਣਾ ਬਾਣਾ ਵੀ ਪੰਜਾਬ ਆਇਆ ਹੋਇਆ ਤੇ ਪੰਜਾਬ ਦੇ ਅਫਸਰਾਂ ਨੂੰ ਪੁੱਛ ਕੇ ਛੇ ਵੀ ਚੱਲਦੀ ਆ 10 ਬਾਰ ਅਫਸਰ ਤਾਂ ਪਹਿਲਾਂ ਹੀ ਜੜਾ ਰਹੇ ਨੇ ਤਿੰਨ ਵੱਡੇ ਅਫਸਰਾਂ ਦਾ ਪਹਿਲਾਂ ਹੀ ਪੁੱਛ ਕੇ ਦੋ ਤਿੰਨ ਵਾਰ ਕਰ ਚੁੱਕੀ ਆ ਦੇ ਵਿਭਾਗੀ ਕਾਰਵਾਈ ਦੀ ਮੰਗ ਕਰ ਚੁੱਕੀ ਹੈ ਜਿਹੜੀ ਅਦਾਲਤੋਂ ਹੁਕਮ ਲਿਆ ਸਕਦੀ ਹੈ ਤੇ ਉਹ ਸੇਕ ਪੰਜਾਬ ਦੇ ਇੱਕ ਸਾਈਜ਼ ਵਿਭਾਗ ਤੋਂ ਹੁੰਦਾ ਹੋਇਆ ਪੰਜਾਬ ਸਰਕਾਰ ਤੱਕ ਆ ਸਕਦਾ ਇਸ ਲਈ ਕਹਿੰਦੇ ਐਮਐਲਏ ਤੇ ਮੰਤਰੀਆਂ ਨੂੰ ਫਿਕਰ ਹੈ ਕਿ ਲੈ ਵੀ ਕਿਤੇ ਟੰਗੇ ਨਾ ਜਾਈਏ ਇਸ ਲਈ ਕਈਆਂ ਦੇ ਮਨ 'ਚ ਕਹਿੰਦੇ ਖਿਆਲ ਉੱਠਣ ਲੱਗਾ ਕਿ ਜੇ ਚਮੜੀ ਬਚਾਉਣੀ ਹੈ ਬਾਜ-ਪਾਜ ਚੱਲ ਜਾ ਤੇ ਇਸ ਗੱਲ ਨੂੰ ਪਛਾਣਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ 92 ਦੇ 92 ਘਰੇ ਬਿਲਾ ਲਏ ਇਹ ਬੱਕਰੀ ਗੱਲ ਹੈ ਕਿ ਤਿੰਨ ਅਹਿਮ ਨਹੀਂ ਆਏ ਪਠਾਨ ਮਜਰਾ ਨਹੀਂ ਆਏ ਡਾਕਟਰ ਬੀਜੇ ਸਿੰਘਲਾ ਨਹੀਂ ਆਏ ਕੁਬੇਰ ਵੀਜੇ ਪ੍ਰਤਾਪ ਨਹੀਂ ਆਏ ਇਹ ਨਾ ਨਾਤਾ ਕੁਬੇ ਜੇ ਪ੍ਰਤਾਪ ਆਏ ਨਾ ਹਰਮੀਤ ਸਿੰਘ ਪਠਾਨ ਮਾਜਰਾ ਆਏ ਨਾ ਡਾਕਟਰ ਬੀ ਜੇ ਸਿੰਘ ਲਾਏ ਪਰ ਤਿੰਨਾਂ ਨੇ ਕਿਹਾ ਕਿ ਸਾਡਾ ਪਰਿਵਾਰ ਕਰ ਜੇ ਮਾਂ ਨਿਜੀ ਜੇ ਮਾਂ ਪਹਿਲਾਂ ਤੋਂ ਤੈਅ ਸੀ ਕੁਝ ਅਚਾਨਕ ਪਤਾ ਲੱਗਿਆ ਨਹੀਂ ਆ ਸਕਿਆ ਚਲੋ ਪਰ ਜਿੰਨੇ ਆਏ ਕਹਿੰਦੇ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਸਮਝਾ ਲਿਆ ਹੁਣ ਦੇਖਦੇ ਆ ਇੱਕ 킬ਰ ਦੀ ਆ ਜਾਂ ਨਹੀਂ ਪਰ ਮਸਲਾ ਸ਼ਰਾਬ ਦਾ ਤੇ ਸ਼ਰਾਬ ਦੇ ਮਸਲੇ 'ਚ ਕਹਿੰਦੇ ਜੀ ਬੁਰੀ ਤਰ੍ਹਾਂ ਘਿਰਿਆ ਆ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਪੀੜਤ ਪਰਿਵਾਰਾਂ ਨੂੰ ਦੁੱਖ ਮਿਡਾਉਣ ਪਿੰਡ ਜਾਂਦੇ ਨੇ ਗੁજરા ਪਿੰਡ ਦੇ ਵਿੱਚ ਤੇ ਪਰ ਪਿੰਡ ਵਾਸੀ ਕਹਿੰਦੇ ਕਈਆਂ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਨੇ ਸੀ ਉਹਨਾਂ ਦੀ ਕੇਰਾਬੰਦੀ ਕਰ ਲਈ ਉਹਨਾਂ ਨੂੰ ਘਰਾਂ ਚ ਟੱਕਤਾ ਤੇ ਇੱਧਰ ਕਹਿੰਦੇ ਜੇ ਹਰਪਾਲ ਚੀਮਾ ਦੇ ਮੁੱਖ ਮੰਤਰੀ ਨੂੰ ਵਿਰੋਧਾ ਵੀ ਸਾਹਮਣਾ ਕਰਨਾ ਪਿਆ ਤਿੱਖੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਉੱਥੇ ਪਿੰਡ ਦੇ ਥੜੇ ਤੇ ਖੜ ਕੇ ਕਿਹਾ ਕਿ ਜੇ ਤੁਸੀਂ ਸਾਨੂੰ ਪਹਿਲਾਂ ਦੱਸ ਦਿੰਦੇ ਨਾ ਜੇ ਪਿੰਡ ਚ ਇਹ ਜਾ ਕੋਈ ਚੱਲਦਾ ਹੈ ਤੁਸੀਂ ਸਾਡੀ ਪੁਲਿਸ ਨੂੰ ਉਤਲਾ ਕਰ ਦਿੰਦੇ ਨਾ ਫਿਰ ਇਹ ਹੋਣਾ ਨਹੀਂ ਸੀ ਘਟਨਾ ਕਰ ਉਹ ਕਹਿੰਦੇ ਜਨਾਬ 7 ਸਾਲਾਂ ਤੋਂ ਚੱਲਦਾ ਸਰਕਾਰ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਚੱਟਾ ਵੀ ਕਿਸ ਕਦਰ ਵੱਡ ਚੁੱਕਿਆ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਹੈ ਤੇ ਆ ਕੱਚੀ ਸ਼ਰਾਬ ਹੈ ਨਾ ਇਹਦਾ ਗੱਲੇ ਛੱਡੋ ਸੋ ਜਿਹੜੇ ਪਿੰਡ ਦੇ ਵਿੱਚੋਂ ਸਰਕਾਰ ਚੱਲਦੀ ਆ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਪਿੰਡਾਂ ਚੋਂ ਚੱਲਦੇ ਆ ਪਿੰਡਾਂ ਚੋਂ ਆਏ ਆ ਸਾਰਾ ਕੁਝ ਜਾਣਦੇ ਆ ਤੇ ਕੀ ਉਹਨਾਂ ਨੂੰ ਪਤਾ ਨਹੀਂ ਕਿ ਪੰਜਾਬ ਦੇ ਪਿੰਡਾਂ ਚ ਸ਼ਰਾਬ ਦਾ ਕਾਰੋਬਾਰ ਕਿਹੋ ਜਿਹਾ ਚਿੱਟੇ ਦਾ ਕਾਰੋਬਾਰ ਕਿਹੋ ਜਿਹਾ ਹੈ ਡਰੱਗ ਤਸਕਰੀ ਨਸ਼ਾ ਤਸਕਰੀ ਕਾਰੋਬਾਰ ਕਿਹੋ ਜਿਹਾ ਤੇ ਉਸ ਦੇ ਬਾਵਜੂਦ ਮੁਖੰਦਰੀ ਸਾਹਿਬ ਕਹਿੰਦੇ ਜੇ ਸਾਨੂੰ ਪਹਿਲਾਂ ਦੱਸ ਦਿੰਦੇ ਫਿਰ ਮੁਖੰਦਰੀ ਸਾਹਿਬ ਨੇ ਇਹ ਵੀ ਗੱਲ ਕਹੀ ਕਿ ਅਸੀਂ ਕਨੈਕਸ਼ਨ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲਿੰਕ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਲਿੰਕ ਲੱਭ ਰਿਹਾ ਹਾਂ ਇਹਦਾ ਮਤਲਬ ਉਹਨਾਂ ਦਾ ਇਸ਼ਾਰਾ ਸੀ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਚਾਲ ਹੈ ਉਹ ਕਹਿੰਦੇ ਕਿ ਟਾਈਮਿੰਗ ਬਹੁਤ ਉਹ ਹੈ ਕਿ ਚੋਣਾਂ ਸਿਰਤੇ ਨੇ ਗੱਲ ਜਿ ਸਾਡੇ ਸੁਪਰੀਮ ਨੂੰ ਸ਼ਰਾਬ ਘਟਾਲੇ ਚ ਫਸਾਇਆ ਜਾ ਰਿਹਾ ਤੇ ਪੰਜਾਬ ਚ ਸ਼ਰਾਬ ਕਾਂਡ ਵਾਪਰ ਰਿਹਾ ਕਹਿੰਦੇ ਇਹ ਟਾਈਮਿੰਗ ਨੋਟ ਕਰੋ ਇਹ ਸਾਰੇ ਪਿੱਛੇ ਕੋਈ ਰਾਜਨੀਤੀ ਹੋ ਰਹੀ ਹੈ ਮਤਲਬ ਜੇ ਤੁਹਾਡੀ ਸਰਕਾਰ ਹੁੰਦੀਆ ਤੁਹਾਡੀ ਪੁਲਿਸ ਤੁਹਾਡਾ ਪ੍ਰਸ਼ਾਸਨ ਹੁੰਦਿਆਂ ਵੀ ਵਿਰੋਧੀ ਤਿਰਾਂ ਜਿਹਨਾਂ ਨੂੰ ਪੰਜਾਬ ਨੇ ਹਰਾਤਾ ਪੰਜਾਬ ਨੇ ਖੁੱਡੇ ਲਾਤਾ ਜੋ ਇੰਨੀ ਤਾਕਤ ਰੱਖਦੇ ਨੇ ਕਹੀਆਂ ਘਟਨਾ ਕਰਮ ਕਰ ਜਾਣ ਫਿਰ ਸਰਕਾਰ ਕਾਦੀ ਇਹ ਵੱਡਾ ਸਵਾਲ ਹੈ ਕਿ ਸਰਕਾਰ ਇਹ ਗੱਲ ਕਹੇ ਕਿ ਦੂਜੀ ਤਰ ਕਰ ਗਈ ਤੇ ਫਿਰ ਮਤਲਬ ਤੁਹਾਡੇ ਤੋਂ ਕੰਟਰੋਲ ਨਹੀਂ ਥੋੜਾ ਸਿਸਟਮ ਤੇ ਜੇ ਕੰਟਰੋਲ ਹੈ ਫਿਰ ਵੀ ਇਹ ਸਾਰਾ ਕੁਝ ਚੱਲ ਰਿਹਾ ਹੈ ਤੇੰਦਲ ਕੈਪਟਨ ਦੇ ਟਾਈਮ 'ਚ ਵੀ ਉਹ ਸਰਕਾਰ ਦੀ ਸ਼ਹਿ ਸੀ ਬਾਦਲਾਂ ਦੇ ਟਾਈਮ 'ਚ ਉਹ ਨਾ ਸਰਕਾਰ ਦੀ ਸ਼ਹਿ ਸੀ ਤੇ ਹੁਣ ਤੁਹਾਡੀ ਟਾਈਮ 'ਚ ਫੇਰ ਤੁਹਾਡੀ ਸਰਕਾਰ ਦੀ ਸ਼ਹਿ ਓਕੇ ਇਹ ਤਾਂ ਬੱਚਾ ਬੱਚਾ ਪੰਜਾਬ ਦਾ ਕਹਿੰਦਾ ਕਿ ਜਨਾਬ ਨਸ਼ੇ ਦਾ ਕਾਰੋਬਾਰ ਚਾਹੇ ਕਿਸੇ ਰੂਪ ਚੋਵੇ ਉਹ ਪ੍ਰਸ਼ਾਸਨ ਪੁਲਿਸ ਤੇ ਸੱਤਾ ਦੀ ਅਸ਼ੀਰਵਾਦ ਤੋਂ ਬਿਨਾਂ ਨਹੀਂ ਚੱਲ ਸਕਦਾ ਤੁਸੀਂ ਪਿੰਡ ਦੇ ਵਿੱਚ ਦੰਮ ਵੀ ਭਰ ਕੇ ਆਏ ਕਿ ਮੈਂ ਇਹ ਲਿੰਕ ਲੱਭੂੰਗਾ ਤੇ ਪੰਜਾਬ ਦੇ ਲੋਕ ਤਾਂ ਇਹ ਵੀ ਪੁੱਛਦੇ ਨੇ ਕਿ ਲਿੰਕ ਤਾਂ ਕੇਵਲ ਮਾਫੀਆ ਦਾ ਵੀ ਲੱਭਣਾ ਸੀ ਪਰ ਉਹ ਲਿੰਕ ਜੁੜਿਆ ਹੋਇਆ ਹਾਂ ਲਿੰਕ ਤਾਂ ਟਰਾਂਸਪੋਰਟ ਮਾਫੀ ਦਾ ਵੀ ਲੱਪਣਾ ਸੀ ਪਰ ਉਹ ਉਸੇ ਤਰ੍ਹਾਂ ਘੁੰਮ ਰਿਹਾ ਚੱਕਾ ਉਹਦਾ ਤੇ ਲਿੰਕ ਤਾਂ ਤੁਸੀਂ ਐ ਕਹਿੰਦੇ ਰੇਤ ਮਾਫੀ ਦਾ ਵੀ ਲੱਪਣਾ ਸੀ ਪੱਟੇ ਪਰ ਉਹ ਮੀ ਚੱਲਦੇ ਨੇ ਜਨਾਬ ਸੋ ਕਿਤੇ ਆ ਵੀ ਹੁਣ ਸ਼ਰਾਬ ਵਾਲਾ ਲਿੰਕ ਜੁੜਦਾ ਨਹੀਂ ਗਿਆ ਸੱਤਾਂ ਨਾਲ ਸੋ ਇਹ ਸਵਾਲ ਉੱਠਣ ਲੱਗੇ ਪਰ ਇਹ ਸਭ ਦੇ ਦਰਮਿਆਨ ਮੁਖੰਦਰੀ ਸਾਹਿਬ ਉਸ ਪਰਿਵਾਰਾਂ ਨੂੰ ਭਰੋਸਾ ਦਵਾ ਕੇ ਆਏ ਨੇ ਕਿ ਤੁਹਾਡੀ ਸਿੱਖਿਆ ਦਾ ਤੁਹਾਡੀ ਨੌਕਰੀ ਦਾ ਤੁਹਾਡੀ ਲੋੜਾਂ ਦਾ ਮੇਰੀ ਜ਼ਿੰਮੇਵਾਰੀ ਹੈ ਤੇ ਕਹਿੰਦੇ ਮੈਂ ਅਪੀਲ ਕਰਦਾ ਕਿ ਸਾਡੀ ਪੁਲਿਸ ਨੂੰ ਤਲਾਸ਼ ਕਰਿਆ ਕਰੋ ਤੇ ਪਰ ਪੰਜਾਬ ਦੇ ਕੱਲੇ-ਕੱਲੇ ਪਿੰਡ ਵਿੱਚ ਆਮ ਪਤਾ ਜਨਾਬ ਤੁਹਾਡੇ ਬਰਕਰਾਰੋਂ ਤੁਹਾਡੇ ਲੀਡਰਾਂ ਨੂੰ ਤੁਹਾਡੇ ਸਰਪੰਚੀ ਦੇ ਦਾਅਵੇਦਾਰ ਨੂੰ ਉਹਦੇ باوجود ਜੇਕਰ ਨਹੀਂ ਰੁਕ ਰਿਹਾ ਤਾਂ ਕੌਣ ਜ਼ਿੰਮੇਵਾਰ ਆ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਾਰਵਾਈ ਨਾ ਕਰੋ ਸਾਰਾ ਪੰਜਾਬ ਜਾਣਦਾ ਕਿਹ ਡਰਾਮਾ ਹੁੰਦਾ ਲਓ ਜੀ ਕਹਿੰਦੇ 7-8 ਲੱਖ ਲੀਟਰ ਲਾਹਣ ਫੜ ਲਈ ਜੀ ਜਲੰਧਰ ਜਲੰਧਰ ਚੋਂ ਹੀ ਹੈ 3 ਕਰੋੜ ਦੀ ਲਾਹਣ ਫੜ ਲਈ ਜੀ ਛਾਫਾ ਮਾਰਿਆ ਜੀ ਐਕਸਾਈਜ਼ ਵਿਭਾਗ ਨੇ ਪੁਲਿਸ ਨੇ ਮਿਲ ਕੇ ਜਲੰਧਰ ਖੇਤਰ ਚੋਂ 2.7 ਕਰੋੜ ਦੀ 4.5 ਲੱਖ ਲੀਟਰ ਲਾਹਣ ਫੜ ਲਈ ਛਾਫਾ ਮਾਰਿਆ ਜੀ ਪਠਾਨਕੋਟ ਚ ਐਕਸਾਈਜ਼ ਵਿਭਾਗ ਤੇ ਪੁਲਿਸ ਨੇ ਮਿਲ ਕੇ ਜੀ 5625 ਗੈਰਕੁਨੀ ਸ਼ਰਾਬ ਫੜ ਲਈ ਜੀ ਪੱਟੀਆਂ ਫੜ ਲੀਆਂ ਜੀ ਸਮਾਨ ਫੜ ਲਿਆ ਜੀ ਸਾਰਾ ਕੁਝ ਲੁਧਿਆਣੇ ਚ 21500 ਲੀਟਰ ਲਾਨ ਫੜ ਲਈ ਜੀ 200 ਬੋਤਲਾਂ ਫੜ ਲੀਆਂ ਜੀ ਸ਼ਰਾਬ ਡਰਮ ਡਰੱਗ ਸਾਰਾ ਕੁਝ ਫੜ ਲਿਆ ਜੀ ਸਮਾਨ ਟੋਲ ਟੂਲ ਹਾਂਜੀ ਗੁਰਦਾਸਪੁਰ 10 ਕੈਨ ਗੈਰਕੁਨੀ ਸ਼ਰਾਬ ਫੜ ਲਈ ਜੀ 22 ਤਰਪਾਲਾਂ ਫੜੀਆਂ ਜਿੱਥੇ ਥੱਲੇ ਕੰਮ ਚੱਲਦਾ ਸੀ ਪੱਟੀਆਂ ਫੜ ਲੀਆਂ ਜੀ 4200 ਲੀਟਰ ਲਾਨ ਫੜ ਲਈ ਜੀ ਅੰਮ੍ਰਿਤਸਰ ਵੀ ਛਾਪਾ ਮਾਰਿਆ 75000 ਤੋਂ ਵੱਧ 75000 ਐਮਐਲ ਕਹਿੰਦੇ ਜੀ ਗੈਰਕੁਨੀ ਸ਼ਰਾਬ ਫੜ ਲਈ ਹੋਰ ਸਮਾਨ ਫੜ ਲਿਆ ਚੋਂ ਉਸ ਤੋਂ 30 ਲੀਟਰ ਦੇਸੀ ਲਾਣ ਫੜ ਲਿਆ ਪਟਿਆਲੇ ਛਾਪੇ ਮਾਰੀ 1440 ਲੀਟਰ ਲਾਣ ਬਰਾਮਦ ਸੱਤ ਬੰਦਿਆਂ ਤੇ ਕਾਰਵਾਈ ਕਿਤੇ ਜੀ ਅਜਿੰਦਰ ਵਿੱਚ ਕਾਰਵਾਈ ਕਰਨਗੇ ਸਤਲੁਜ ਦੇ ਕਿਨਾਰੇ ਪੱਠੀਆਂ ਲਾਈਆਂ ਸੀ ਪੁਲਿਸ ਨੂੰ ਦੇਖ ਕੇ ਕਹਿੰਦੇ ਭੱਜ ਕੇ ਵਸਮਾਨ ਫੜੋ ਗਿਆ ਲੁਧਿਆਣੇ ਕੰਨੀ ਨੂੰ ਦਰਿਆ ਟੱਪ ਗਏ ਜੀ ਮਤਲਬ ਇਹ ਸਾਰਾ ਐਕਸ਼ਨ ਉਸ ਸਮੇਂ ਹੈ ਜਦੋਂ ਪੰਜਾਬ ਦੇ ਵਿੱਚ 2 ਦਰਜਨ ਦੇ ਕਰੀਬ ਗੈਰ ਕਾਨੂੰਨੀ ਜਹਰੀਲੀ ਸ਼ਰਾਬ ਜਾਨ ਲੈ ਚੁੱਕੀ ਹੈ ਇਹ ਸਾਰਾ ਡਰਾਮਾ ਉਸ ਸਮੇਂ ਆ ਜਦੋਂ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਤੇ ਦਰਜਨ ਤੋਂ ਵੱਧ ਲੋਕ ਅਜੇ ਇਸ ਸ਼ਰਾਬ ਕਰਕੇ ਜੇਰੇ ਇਲਾਜ ਨੇ ਔਰ ਮੁੱਖ ਮੰਤਰੀ ਸਾਹਿਬ ਦਾ ਗ੍ਰਹਿ ਹਲਕਾ ਹੋਵੇ ਗ੍ਰਹਿ ਜ਼ਿਲਾ ਹੋਵੇ ਉਹਦੇ ਵਿੱਚ ਇਹ ਘਟਨਾ ਵਾਪਰਨ ਤੋਂ ਬਾਅਦ ਪੂਰੇ ਪੰਜਾਬ 'ਚ ਹੁਣ ਪੁਲਿਸ ਐਕਸਾਈਜ਼ ਸਰਕਾਰੇ ਦਿਖਾਵੇ ਕਿ ਦੇਖੋ ਜੀ ਅਸੀਂ ਆ ਫੜ ਲਿਆ ਫੜ ਲਿਆ ਫੜ ਲੇ ਭਾਈ ਕਿੰਨੇ ਦਿਨੇ ਕਾਰਵਾਈ ਤੇ ਕੀ ਇਹ ਅਚਾਨਕ ਅੱਜ ਹੋਈ ਹੈ ਕੀ ਅੱਜ ਤੋਂ ਪਹਿਲਾਂ ਨਹੀਂ ਚੱਲਦਾ ਸੀ ਪਿਛਲੇ ਸਰਕਾਰਾਂ ਦੇ ਸਮੇਂ ਵੀ ਅਚਾਨਕ ਮੁੱਖ ਮੰਤਰੀ ਕੈਪਟਨ ਵਿੰਦਰ ਸਿੰਘ ਨੇ ਵੀ ਰੇਤ ਮਾਫੀ ਨੂੰ ਫੜਨ ਲਈ ਇੱਕ ਵਾਰ ਚੋਪਰ ਜਾੜ ਆਇਆ ਸੀ ਕਹਿੰਦੇ ਲੋਬੀ ਆਗੇ 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 ਉਸ ਤੋਂ ਬਾਅਦ ਲੱਗਿਆ ਕਹਿੰਦੇ ਨਹੀਂ ਇੱਥੇ ਭਾਈ ਰੇਟ ਵਧ ਗਿਆ ਹੁਣ ਉਸ ਤੋਂ ਬਾਅਦ ਚੰਨੀ ਜੀ ਬਣੇ ਚੰਨੀ ਨੇ ਪ੍ਰੈਸ ਕਾਨਫਰੈਂਸ ਕਰਦੇ ਕਿਹਾ ਕਿ ਮੈਨੂੰ 마ਫੀ ਵਾਲੇ ਰੇਟ ਮਾਫੀ ਵਾਲੇ ਮਿਲਣ ਆਇਓ ਤੇ ਕਹਿੰਦੇ ਮਾਫੀ ਵਾਲੇ ਮੀਟਿੰਗ ਕਰਕੇ ਕਹਿੰਦੇ ਨੇ ਕਿ ਲੈ ਵੀ ਆਪਣਾ ਦਾ ਭਾਅ ਵਧਾਉਣ ਦੱਸਦਾ ਆ ਗਿਆ ਪੰਡਾ ਤੇ ਇਧਰ ਮੌਜੂਦਾ ਸਰਕਾਰ ਵੀ ਦਮ ਪਰਦੀਆ ਕਿਥੇ ਚੱਲਣ ਨਹੀਂ ਦਵਾਗੇ ਇਹ ਛਾਪੇਮਾਰੀ ਦੇ ਨਾਲ ਕਮਿਸ਼ਨ ਦਾ ਭਾਅ ਵਧਾਣਾ ਜਾਂ ਪੰਜਾਬ ਚ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਤੇ ਵੱਡੇ ਸਵਾਲ ਖੜੇ ਨੇ ਸੋ ਇਸ ਲਈ ਜਦੋਂ ਵੱਡੇ ਸਵਾਲ ਉੱਠਦੇ ਨੇ ਤਾਂ ਅਸੀਂ ਚਸਾ ਲੈ ਕੇ ਆਦਰੂਨੇ ਤੁਸੀ ਬੇਖ ਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ